ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਚਰਨਾਂ ਵਿੱਚ ਪਵਿੱਤਰ ਗੋਦ ਵਿੱਚ ਬੈਠ ਕੇ ਜੁੜ ਕੇ ਆਨੰਦਮਈ ਕੀਰਤਨ ਦੇ ਨਾਲ ਮਨ ਜੋੜ ਰਹੇ ਹੋ। ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ, ਇਸੇ ਸ਼ਬਦ ਵਿੱਚ ਸਤਿਗੁਰੂ ਜੀ ਇਹ ਵੀ ਆਖਦੇ ਹਨ, ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਨ। ਸੱਚੇ ਪਾਤਸ਼ਾਹ ਕਹਿੰਦੇ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ, ਫਿਰ ਆਖਦੇ ਹਨ ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਨ। ਕਹਿਣ ਤੋਂ ਭਾਵ ਕਿ ਸੱਚੇ ਪਾਤਸ਼ਾਹ ਜਿਹੜੀ ਸੋਲਵੇਂ ਸ਼ੰਤ ਵਿੱਚ ਗੱਲ ਆਖਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੇ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ। ਬਸ ਗੱਲ ਇਹ ਹੈ ਕਿ ਰਾਗ ਜਿਹੜੀ ਹੈ ਗੁਰੂ ਦੇ ਦਰ 'ਤੇ ਅਸੀਂ ਕਲਾ ਹੀ ਨਹੀਂ ਪੇਸ਼ ਕਰਨੀ, ਕਲਾ ਗੁਰੂ ਦੇ ਸਾਹਮਣੇ ਸਭ ਫਿੱਕੀ ਹੈ, ਕਲਾ ਫਿੱਕੀ ਹੈ, ਸਭ ਤੋਂ ਉੱਤਮ ਸ਼ਬਦ ਹੈ। ਜੇ ਸ਼ਬਦ ਗਾਉਂਦੇ ਗਾਉਂਦੇ ਗੁਰੂ ਨੂੰ ਕਲਾ ਪ੍ਰਵਾਨ ਹੋ ਜਾਵੇ, ਸ਼ਬਦ ਦੇ ਨਾਲ ਮਨ ਜੁੜ ਜਾਵੇ ਅਤੇ ਕਲਾ ਗੁਰੂ ਨੂੰ ਪ੍ਰਵਾਨ ਹੋ ਜਾਵੇ ਅਤੇ ਗੱਲ ਫਿਰ ਬਣਨੀ ਹੈ। ਜੇ ਇਕੱਲੀ ਕਲਾ ਹੋਵੇ ਅਤੇ ਸ਼ਬਦ ਵਿੱਚ ਭਿੱਜਿਆ ਨਾ ਹੋਵੇ ਅਤੇ ਨਾ ਆਪ ਰਸ ਲੈਂਦਾ ਹੋਵੇ ਅਤੇ ਨਾ ਕਿਸੇ ਨੂੰ ਦਿੰਦਾ ਹੋਵੇ ਅਤੇ ਇਕੱਲੀ ਕਲਾ ਹੋਵੇ, ਗੱਲ ਬਣਨੀ ਨਹੀਂ। ਸੱਚੇ ਪਾਤਸ਼ਾਹ ਤਾਹੀਆਂ ਕਹਿੰਦੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ, ਫਿਰ ਕੀਰਤਨ ਰੋਣਾ ਹੈ। ਇਸ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਚਰਨਾਂ ਵਿੱਚ ਸਭ ਤੋਂ ਪਹਿਲਾਂ ਕੀਰਤਨੀਆਂ ਦਾ ਮੰਗਲਾ ਚਰਨ ਹੈ, ਦੰਡੌਤ ਹੈ। ਸੱਚੇ ਪਾਤਸ਼ਾਹ ਜੀ ਕੰਠ ਬਿਨ ਬਾਜੋ ਕੈਸੇ ਨਿਰਤਕਾਰੀ, ਬਿਨ ਕੰਠੇ ਕੈਸੇ ਗਾਵਣਹਾਰੀ, ਝੀਲ ਬਿਨਾਂ ਕੈਸੇ ਬਜੇ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ, ਬਸ ਨਾਮ। ਕਹਿੰਦੇ ਹਨ ਇੱਕ ਬੜਾ ਕਵਿਤ ਸੋਹਣਾ ਸ਼ੇਰ ਯਾਦ ਆ ਗਿਆ, ਧਿਆਨ ਦੇਣਾ ਜੀ। ਕਹਿੰਦੇ ਭਾਵੇਂ ਕੋਈ ਕਿੰਨਾ ਵੀ ਕਲਾ ਕਲਾਕ੍ਰਿਤੀ ਨਾ ਹੋ ਜਾਵੇ, ਕਿੰਨਾ ਵੀ ਵਿਦਵਾਨ ਹੋ ਜਾਵੇ,
ਉਹਦੇ ਵਾਸਤੇ ਲਿਖਿਆ ਹੈ, ਦੋ ਦੋ ਪੜਤ ਪੜਤ ਬੋ ਥਾਕੇ, ਤਿੰਨ ਤਿੰਨ ਨਿਸ ਦਿਨ ਵਾਚਿਤ ਰਾਖੇ, 13-14 ਭਾਕੇ, ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਿਨ ਲਾਖੇ, ਇਤਨਾ ਪੰਡਿਤ ਹੋਏ ਜੇ ਬਾਲਮ, ਨਾਮ ਬਿਨਾਂ ਜਮ ਕਾ ਦੰਡ ਚਾਖੇ। ਧਿਆਨ ਦੇਣਾ ਜੀ, ਬੜੀ ਕੀਮਤੀ ਗੱਲ ਹੈ, ਇਹਦਾ ਥੋੜ੍ਹਾ ਖੁਲਾਸਾ ਕਰ ਦਈਏ। ਦੋ ਦੋ ਪੜਤ, ਦੋ ਅਤੇ ਦੋ ਚਾਰ ਵੇਦਾਂ ਦਾ ਹੋ ਜੇ ਭਾਵੇਂ ਗਿਆਤਾ, ਭਾਵੇਂ ਹੋ ਜਾਵੇ ਗਿਆਨਵਾਨ, ਦੋ ਦੋ ਪੜਤ, ਦੋ ਅਤੇ ਦੋ ਚਾਰ, ਦੋ ਦੋ ਪੜਤ ਪੜਤ ਬਹੁਤ ਥੱਕੇ, ਥੱਕ ਜੇ, ਚਾਰ ਵੇਦ ਪੜ੍ਹਦੇ ਪੜ੍ਹਦੇ ਥੱਕ ਗਏ, ਗੱਲ ਨਾ ਬਣੀ। ਦੋ ਦੋ ਪੜਤ ਪੜਤ ਬਹੁਤ ਥੱਕੇ, ਤਿੰਨ ਤਿੰਨ ਨਿਸਦਨ ਵਾਚਿਤ ਰਾਖੇ, ਤਿੰਨ ਅਤੇ ਤਿੰਨ ਛੇ ਸ਼ਾਸਤਰ ਵਾਚਦੇ ਵਾਚਦੇ ਥੱਕ ਗਏ, ਤਿੰਨ ਤਿੰਨ ਨਿਸ ਦਿਨ, ਨਿਸ ਅਤੇ ਦਿਨ ਰਾਤ ਦਿਨ ਛੇ ਸ਼ਾਸਤਰ ਪੜ੍ਹਦੇ ਪੜ੍ਹਦੇ ਥੱਕ ਗਏ ਵਿਦਵਾਨ, ਤਿੰਨ ਤਿੰਨ ਨਿਸ ਦਿਨ ਵਾਚਿਤ ਰਾਖੇ, 13-14 ਭਾਖੇ, 13-14 27 ਸਿਮਰਤੀਆਂ ਭਾਖਦੇ ਥੱਕ ਗਏ, 13-14 ਭਾਖੇ, ਗੱਗਾ ਬਿਹਾਰੀ ਤੱਤਾ ਕੰਨਾ, ਗੱਗਾ ਬਿਹਾਰੀ ਅਤੇ ਤੱਤਾ ਕੰਨਾ, ਕੰਠ ਕਰੇ ਬਿਦ ਲਾਖੇ। ਕਹਿੰਦੇ ਭਾਵੇਂ ਕਿ ਗੱਗਾ ਬਿਹਾਰੀ ਅਤੇ ਤੱਤਾ ਕੰਨਾ ਗੀਤਾ ਨੂੰ ਕੰਠ ਕਰ ਲਏ, ਗੀਤਾ ਗੱਗਾ ਬਿਹਾਰੀ ਤੱਤਾ ਕੰਨਾ, ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਿਦ ਲਾਖੇ। ਭਾਵੇਂ ਕੋਈ ਕੰਠ ਕਿਉਂ ਨਾ ਕਰ ਲਵੇ ਸਾਰੀ ਗੀਤਾ, ਭਾਵੇਂ ਕੋਈ ਕੰਠ ਕਰ ਲਵੇ, ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਿਦ ਲਾਖੇ, ਇਤਨਾ ਪੰਡਿਤ ਹੋਏ ਜੇ ਬਾਲਮ, ਨਾਮ ਬਿਨਾਂ ਜਮ ਕਾ ਦੰਡ ਚਾਖੇ। ਆ ਗਈ ਨਾ ਕਲਾ ਪਿੱਛੇ ਰਹਿ ਗਈ, ਵਿੱਦਿਆ ਪਿੱਛੇ ਰਹਿ ਗਈ, ਗਿਆਨ ਪਿੱਛੇ ਰਹਿ ਗਿਆ, ਨਾਮ ਜਪਣਾ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਮਹਾਂਪੁਰਸ਼, ਬ੍ਰਹਮ ਗਿਆਨੀ, ਸਵਰਗਵਾਸੀ, ਗੁਰਪੁਰੀ ਸਧਾਰ ਗਏ, ਉਹਨਾਂ ਨੇ ਸਾਰੇ ਸੰਸਾਰ ਨੂੰ ਨਾਮ ਜਪਾਇਆ। ਅਤੇ ਕੀਰਤਨ ਜਦੋਂ ਕਰਦੇ ਸਨ, ਕਿਸੇ ਰੰਗ ਵਿੱਚ ਕਰਦੇ ਸਨ, ਮਸਤੀ ਵਿੱਚ ਕਰਦੇ ਸਨ, ਉਹਨਾਂ ਨੂੰ ਸਹਿਜ ਵਾਲਾ ਕੀਰਤਨ ਉਹ ਕਰਦੇ ਸਨ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਜੀ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜਦੇ ਹਨ, ਨਾਮ ਜਪਾਉਂਦੇ ਹਨ, ਬੰਦਗੀ ਕਰਾਉਂਦੇ ਹਨ, ਭਜਨ ਕਰਵਾਉਂਦੇ ਹਨ। ਤੋ ਸਤਿਸੰਗ ਜੀ, ਇਹ ਭਜਨ ਵੀ ਜ਼ਰੂਰੀ ਹੈ, ਨਾਮ ਵੀ ਜ਼ਰੂਰੀ ਹੈ, ਨਾਮ ਇੰਨਾ ਜ਼ਰੂਰੀ ਹੈ, ਪਹਿਲਾਂ ਨਾਮ, ਅਤੇ ਤਾਂ ਹੀ ਸਤਿਗੁਰ ਪਾਤਸ਼ਾਹ ਜੀ ਨੇ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾ ਰਾਗ ਰੱਖਿਆ ਅਤੇ ਸ਼ਬਦ ਬਾਅਦ ਵਿੱਚ, ਅਤੇ ਸਤਿਗੁਰ ਪਾਤਸ਼ਾਹ ਜੀ ਫਿਰ ਅੱਗੇ ਜਾ ਕੇ ਇਸ ਨੂੰ ਖੁਲਾਸਾ ਕਰਦੇ ਆਖਦੇ ਪਏ ਹਨ ਕਿ ਭਾਈ ਕਲਾ ਦੇ ਵਿੱਚ ਹੀ ਨਾ ਰਹਿ ਜਾਇਓ, ਜੁੜਿਓ ਸ਼ਬਦ ਦੇ ਨਾਲ ਹੀ। ਅਤੇ ਸਤਿਸੰਗ ਜੀ, ਅਤੇ ਆਓ ਸੱਚੇ ਪਾਤਸ਼ਾਹ ਜੀ ਨੇ ਉਪਰਾਲਾ ਕੀਤਾ, ਯਤਨ ਕੀਤਾ ਹੈ, ਹਰ ਸਾਲ 3-4 ਦਿਨ ਸਮਾਗਮ ਹੁੰਦਾ ਹੈ, ਪਹਿਲਾਂ 7 ਦਿਨ 8 ਦਿਨ ਵੀ ਹੁੰਦਾ ਰਿਹਾ ਹੈ, ਹੁਣ 4 ਦਿਨ ਸਮਾਗਮ ਉਲੀਕਿਆ ਗਿਆ ਹੈ। ਇਹਦੇ ਵਿੱਚ ਹਰ ਸਾਲ ਰਾਗ ਦਰਬਾਰ ਵੀ ਰੱਖ ਦਿੱਤਾ ਜਾਂਦਾ ਹੈ। ਰਾਗ ਦਰਬਾਰ ਇੱਕ ਬਾਉਂਡ ਹੋ ਜਾਈਦਾ ਹੈ, ਵੱਧ ਜਾਈਦਾ ਹੈ ਕਿ ਆਹ ਸ਼ਬਦ ਜਿੰਨੇ ਗਾਉਣੇ ਹਨ, 3 ਜਾਂ 4 ਜਾਂ 2, ਉਹ ਰਾਗਾਂ 'ਚ ਗਾਉਣੇ ਹਨ, ਰਾਗ 'ਚ ਗਾਉਣੇ ਹਨ, ਹੋਰ ਕੋਈ ਰਾਗ ਦਾ, ਕਿਸੇ ਰਾਗ ਦਾ ਪ੍ਰਯੋਗ ਨਹੀਂ ਕਰਨਾ। ਭਾਵੇਂ ਕਿ ਸਾਰਾ ਕੀਰਤਨ ਹੋਰ ਵੀ ਰਾਗਾਂ ਵਿੱਚ ਹੁੰਦਾ ਹੈ, ਪਰ ਉਹ ਰਾਗ ਬਾਹਰੀ ਰਾਗ ਹੁੰਦੇ ਹਨ, ਬਾਹਰੀ ਰਾਗ, ਕੋਈ ਵੀ ਰਾਗ ਲੈ ਲਓ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਹਨ ਉਹਨਾਂ ਨੂੰ ਨਿਰਧਾਰਤ ਰਾਗ ਆਖਿਆ ਜਾਂਦਾ ਹੈ। ਨਿਰਧਾਰਤ, ਨਿਰਧਾਰਤ ਕੀ, ਕਿ ਜਿਹੜਾ ਸ਼ਬਦ ਜਿਹੜੇ ਰਾਗ ਵਿੱਚ ਹੈ ਉਹ ਰਾਗ ਗਾਉਣਾ ਹੈ, ਉਹ ਸ਼ਬਦ ਗਾਉਣਾ ਹੈ, ਦੂਜਾ ਨਹੀਂ। ਕਈ ਵਾਰੀ ਗਾ ਲਈਦਾ ਹੈ, ਗਾਏ ਜਾਂਦੇ ਹੈ, ਰਾਗੀ ਗਾਉਂਦੇ ਹਨ, ਕਿਸੇ ਸ਼ਬਦ ਨੂੰ ਕਿਸੇ ਰਾਗ ਵਿੱਚ, ਕਿਸੇ ਰਾਗ ਵਿੱਚ, ਕਿਸੇ ਰਾਗ ਵਿੱਚ ਗਾਇਆ ਜਾਂਦਾ ਹੈ, ਗਾਇਨ ਕੀਤਾ ਜਾਂਦਾ ਹੈ, ਪਰ ਜਦੋਂ ਨਿਰਧਾਰਤ ਰਾਗਾਂ ਦੀ ਗੱਲ ਆਉਂਦੀ ਹੈ ਉਦੋਂ ਫਿਰ ਦੂਸਰਾ ਰਾਗ ਨਹੀਂ, ਉਦੋਂ ਫਿਰ ਉਹੀ ਰਾਗ ਗਾਉਣਾ ਜਿਸ ਰਾਗ ਵਿੱਚ ਬਾਣੀ ਹੈ। ਤੋ ਸਤਸੰਗ ਜੀ, ਆਓ, ਆਰੰਭਤਾ ਹੈ, ਇੰਨੀਆਂ ਬਾਤਾਂ, ਇੰਨੇ ਬਚਨ ਕਰਨੇ ਜ਼ਰੂਰੀ ਸਨ। ਸ਼੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ, ਗੁਜਰੀ ਗੰਧਾਰੀ ਅਤੇ ਬਿਹਾਗੜਾ ਸੁਹਾਇਓ ਹੈ, ਵਡਹੰਸ ਸੋਟ ਧਨਾਸਰੀ ਏ ਜੈਤਸਰੀ, ਟੋਡੀ ਅਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ, ਬਿਲਾਵਲ ਗਾਉਂਡ ਰਾਮਕਲੀ ਨਟ ਨਰਾਇਣ ਅਤੇ ਮਾਲੀ ਗੌੜਾ, ਮਾਰੂ ਅਤੇ ਤੁਖਾਰੀ ਕੈਦਾਰਾ ਭੈਰੋਂ ਪਾਇਓ ਹੈ, ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ, ਪ੍ਰਭਾਤੀ ਸ਼ੁੱਧ ਰਾਗ ਜੈ ਜੈ ਵੰਤੀ ਗੁਣ ਗਾਇਓ ਹੈ। ਤੁਸੀਂ ਆਖੋਗੇ ਕਿ 20 ਮਿੰਟ ਜਾਂ 15 ਮਿੰਟ ਹੋ ਗਏ ਹਨ ਅਤੇ 20 ਮਿੰਟ ਰਹਿ ਗਏ ਹਨ,
ਅਤੇ ਭਾਈ ਸਾਹਿਬ ਜੀ ਰਾਗ ਕਿੰਨੇ ਕੁ ਸੁਣਾਉਣਗੇ। ਅਤੇ ਸਤਿਸੰਗ ਜੀ, ਅਸੀਂ ਭਾਵੇਂ 15 ਮਿੰਟ ਆ ਗਿਆਨ ਦੀਆਂ ਗੱਲਾਂ ਕੀਤੀਆਂ ਹਨ, ਅਤੇ 25 ਮਿੰਟਾਂ 'ਚ ਅਸੀਂ ਚਾਹੀਏ ਤਾਂ 3 ਰਾਗ ਵੀ ਸੁਣਾ ਸਕਦੇ ਹਾਂ, ਚਾਹੀਏ ਤਾਂ 4 ਸ਼ਬਦ ਵੀ ਸੁਣਾ ਸਕਦੇ ਹਾਂ। ਇਹ ਸਾਡੀ ਮਰਜ਼ੀ ਹੈ ਅਸੀਂ ਕਿਸ ਢੰਗ ਦੇ ਨਾਲ ਆਪ ਜੀ ਨੂੰ ਕੀਰਤਨ ਸੁਣਾਉਂਦੇ ਹਾਂ। ਅਤੇ ਕੋਸ਼ਿਸ਼ ਹੈ ਕਿ ਆਹ ਜਿਹੜੇ ਬਚਨ ਬਲਾਸ ਸਨ ਜ਼ਰੂਰੀ ਸਨ, ਗਿਆਨ ਸੀ, ਰਾਗ ਕੀ ਹੈ, ਤਾਲ ਕੀ ਹੈ, ਇਹ ਸਾਜ਼ਾਂ ਨੂੰ ਮਿਲਣਾ ਜ਼ਰੂਰੀ ਹੈ। ਸਾਜ਼ ਮਿਲ ਗਏ, ਤਬਲਾ ਮਿਲ ਗਿਆ, ਤਾਨਪੂਰਾ ਮਿਲ ਗਿਆ, ਰਬਾਬ ਮਿਲ ਗਈ, ਦਿਲਰਬਾ ਮਿਲ ਗਿਆ, ਸੁਰ ਮੰਡਲ ਮਿਲ ਗਿਆ, ਇੱਕ ਆਪ ਜੀ ਦੇ ਗਿਆਨ ਵਿੱਚ ਵਾਧਾ ਕਰ ਦਈਏ ਜੀ। ਬੇਨਤੀ ਪ੍ਰਵਾਨ ਕਰਨੀ, ਸਾਨੂੰ ਹਰਿਮੰਦਰ ਸਾਹਿਬ ਕੀਰਤਨ ਕਰਦੇ ਕਈ ਲੋਕ ਆਖ ਦਿੰਦੇ ਹਨ, ਬੜੀ ਕੀਮਤੀ ਗੱਲ ਹੈ ਜੀ, ਧਿਆਨ ਦਿਓ, ਗਿਆਨ ਵਿੱਚ ਵਾਧਾ ਹੋਵੇਗਾ, ਤੁਸੀਂ ਖੁਸ਼ ਹੋਵੋਗੇ ਵੀ ਆਹ ਕੀ ਗੱਲ ਕਰਨ ਲੱਗੇ ਭਾਈ ਸਾਹਿਬ। ਜਦੋਂ ਅਸੀਂ ਸੁਰਮੰਡਲ ਦੇ ਨਾਲ ਕੀਰਤਨ ਕਰਦੇ ਹਾਂ, ਸਾਡੇ ਹੱਥ ਵਿੱਚ ਸਾਜ਼ ਹੁੰਦਾ ਹੈ ਨਾ, ਤਾਂ ਅਸੀਂ ਇੱਕ ਸ਼ਬਦ ਪੜ੍ਹ ਕੇ ਅਤੇ ਸੁਰਮੰਡਲ ਰੱਖ ਦਿੰਦੇ ਹਾਂ, ਫਿਰ ਨਹੀਂ ਵਜਾਉਂਦੇ। ਅਤੇ ਕਈਆਂ ਲੋਕਾਂ ਨੇ ਸਵਾਲ ਕੀਤਾ, ਉਹ ਕਹਿੰਦੇ ਭਾਈ ਸਾਹਿਬ ਜੀ, ਤੁਸੀਂ ਸੁਰਮੰਡਲ ਰੱਖ ਕਿਉਂ ਦਿੱਤਾ, ਸਾਰਾ ਕੀਰਤਨ ਕਿਉਂ ਨਹੀਂ ਕੀਤਾ? ਮੈਂ ਆਖਿਆ ਜੀ, ਇਸ ਵਾਸਤੇ ਨਹੀਂ ਕੀਤਾ ਕਿ ਕੋਈ ਸੁਰਮੰਡਲ ਜਿਹੜਾ ਹੈ ਇੱਕ ਰਾਗ 'ਤੇ ਸੁਰ ਹੁੰਦਾ ਹੈ, ਫਿਰ ਦੂਸਰੇ ਸ਼ਬਦ 'ਤੇ ਨਹੀਂ ਵਜਾਇਆ ਜਾਂਦਾ। ਜੇ ਕੋਈ ਵਜਾਉਂਦਾ ਹੈ ਤਾਂ ਉਹ ਭੁਲੇਖੇ 'ਚ ਪਾ ਕੇ ਸਾਨੂੰ ਬੇਵਕੂਫ ਬਣਾਉਂਦਾ ਹੈ। ਇਹ ਦਵਾਈਆਂ ਦੀ ਗੱਲ ਹੈ, ਸੁਰ ਵਾਲੀ ਗੱਲ ਹੈ, ਕੋਈ ਕੀਮਤੀ ਗੱਲ ਹੈ, ਐਵੇਂ ਗੱਲ ਨਹੀਂ ਹੈ। ਇਸ ਵਾਸਤੇ ਭੁਲੇਖਾ ਨਹੀਂ ਪਾਉਣਾ। ਜੇ ਗਵਈਆ ਭੁਲੇਖਾ ਆਪ ਜੀ ਨੂੰ ਪਾਈ ਜਾਵੇ ਤਾਂ ਫਿਰ ਸਤਸੰਗ ਜੀ ਕੋਈ ਕਰਾਮਾਤ ਤਾਂ ਨਾ ਹੋਈ ਗੱਲ। ਹੁਣ ਦੇਖੋ, ਸ੍ਰੀ ਰਾਗ 'ਤੇ ਇਹ ਸੁਰ ਮੰਡਲ ਸੁਰ ਹੈ, 36 ਤਾਰਾਂ ਹੈ ਇਸ ਦੀਆਂ, ਅਤੇ 36 ਤਾਰਾਂ ਸ੍ਰੀ ਰਾਗ 'ਤੇ ਸੁਰ ਹਨ, ਅਤੇ ਉਸ ਤੋਂ ਬਾਅਦ ਅਸੀਂ ਸੋਰਠ ਗਾਵਾਂਗੇ ਤਾਂ ਫਿਰ ਸੋਰਠ 'ਤੇ ਫਿਰ ਸੁਰ ਕਰਨੀਆਂ ਪੈਣਗੀਆਂ। ਆਹ ਜਿਹੜਾ ਸਾਜ਼ ਹੈ ਇਹਨੂੰ ਵਾਰ ਵਾਰ ਨਹੀਂ ਸੁਰ ਕਰਨਾ ਪੈਂਦਾ, ਇਹ ਵੱਜਦਾ ਰਹਿੰਦਾ ਹੈ। ਇਹ ਵੱਜ ਇਹਦੀਆਂ 4 ਤਾਰਾਂ ਹਨ, ਜਿਹਦੀਆਂ 36 ਤਾਰਾਂ ਹਨ, ਉਹ 36 ਤਾਰਾਂ ਨੂੰ ਫਿਰ ਸੁਰ ਕਰਨਾ ਪੈਂਦਾ ਹੈ। ਜੇ ਦੂਸਰਾ ਰਾਗ ਲਾਵਾਂਗੇ ਤਾਂ ਫਿਰ 36 ਤਾਰਾਂ ਨੂੰ ਕਮ ਸੇ ਕਮ 10 ਮਿੰਟ ਲੱਗਣਗੇ, ਤਾਂ ਫਿਰ ਉਹ ਦੁਬਾਰਾ ਕਿਸੇ ਰਾਗ 'ਤੇ ਸੁਰ ਹੋਵੇਗਾ ਤਾਂ ਫਿਰ ਵੱਜੇਗਾ, ਨਹੀਂ ਤਾਂ ਨਹੀਂ ਵੱਜੇਗਾ। ਇਹ ਗੱਲ ਯਾਦ ਰੱਖਿਓ। ਅਤੇ ਇਸ ਵਾਸਤੇ ਬੇਨਤੀ ਪ੍ਰਵਾਨ, ਜ਼ਰੂਰੀ ਸੀ ਗੱਲ ਅੱਜ ਮੈਂ ਕਰਨੀ ਚਾਹੁੰਦਾ ਸਾਂ ਕਿ ਆਹ ਗੱਲ ਕਰ ਦਈਏ, ਕਿਉਂਕਿ ਗਿਆਨ ਵਿੱਚ ਵਾਧਾ ਹੋ ਜਾਵੇ ਆਮ ਸੰਗਤ ਦੇ, ਆਮ ਸੰਗਤ ਨੂੰ ਵੀ ਪਤਾ ਲੱਗੇ ਕਿ ਅਸੀਂ ਕੀ ਕਰ ਰਹੇ ਹਾਂ, ਸਹੀ ਕਰ ਰਹੇ ਹਾਂ ਕਿ ਗਲਤ ਕਰ ਰਹੇ ਹਾਂ। ਭੁਲੇਖਾ ਨਾ ਪਾ ਛੱਡੀਏ, ਰਾਗ ਇੱਕ ਭੁਲੇਖਾ ਨਹੀਂ ਹੈ, ਰਾਗ ਇੱਕ ਸੱਚਾਈ ਹੈ। ਗਿਆਨ ਜਿਹੜਾ ਹੈ ਇਹ ਤੁਹਾਡਾ ਗਿਆਨ ਦਾ ਸਕੂਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਜੇ ਅਸੀਂ ਇੱਥੇ ਟੀਚਰ ਬਣ ਕੇ ਜੇ ਆਪ ਜੀ ਨੂੰ ਕੋਈ ਚੰਗਾ ਗਿਆਨ ਦਈਏ ਤਾਂ ਹੀ ਗੱਲ ਹੈ ਨਾ। ਅਸੀਂ ਗਾਵੋ ਸੱਚੀ ਬਾਣੀ 'ਤੇ ਜੱਜਮੈਂਟ ਕਰਦੇ ਹਾਂ, ਕੁਛ ਬਰੀਕੀਆਂ ਗੱਲਾਂ ਦੱਸਦੇ ਹਾਂ, ਅਤੇ ਜੇ ਅਸੀਂ ਗਲਤ ਹੋਈਏ ਤਾਂ ਫਿਰ ਸਾਨੂੰ ਕੌਣ ਸ਼ੁੱਧ ਕਹੇਗਾ? ਇਸ ਵਾਸਤੇ ਬੇਨਤੀ ਹੈ ਕਿ ਜਿੰਨਾ ਵੀ ਗਿਆਨ ਸਾਨੂੰ ਮਿਲਿਆ ਹੈ ਉਸਤਾਦਾਂ ਕੋਲ, ਉਹਨਾਂ ਗਿਆਨ ਅਸੀਂ ਵੰਡਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਬੱਚਿਆਂ ਨੂੰ, ਤਾਂ ਕਿ ਜਿਹੜੇ ਸੰਗੀਤ ਨੂੰ ਸਿੱਖਣ ਵਾਲੇ ਹਨ ਉਹਨਾਂ ਨੂੰ ਕਿਸੇ ਖਾਸ ਗੱਲ ਦਾ ਪਤਾ ਲੱਗ ਸਕੇ ਕਿ ਆਹ ਵੀ ਗੱਲ ਜ਼ਰੂਰੀ ਹੈ। ਤੋ ਸਤਸੰਗ ਜੀ, ਆਓ ਸ੍ਰੀ ਰਾਗ ਦਾ ਉਚਾਰਨ ਕਰਨ ਲੱਗੇ ਹਾਂ। ਸ਼ਬਦ ਹੈ ਜੀ, ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋਏ ਜੜਾਓ। 550 ਸਾਲਾ ਪ੍ਰਕਾਸ਼ ਦਿਹਾੜਾ ਵੀ ਸਾਰੇ ਜਗਤ ਵਿੱਚ ਮਨਾਇਆ ਜਾ ਰਿਹਾ, ਅਤੇ ਮਨ ਵਿੱਚ ਆਇਆ ਕਿ ਕਿਉਂ ਨਾ ਹੋਵੇ ਕਿ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਣਾ ਦਿੱਤਾ ਜਾਵੇ। ਸ੍ਰੀ ਰਾਗ ਦਾ ਪਹਿਲਾਂ ਪੜ੍ਹਨ ਲੱਗੇ ਸਾਂ, ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਕਬੀਰ ਸਾਹਿਬ ਜੀ ਦਾ, ਅਤੇ ਫਿਰ ਚੇਂਜ ਕਰਤਾ ਕਿ ਨਹੀਂ, ਪਹਿਲਾ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਗਾਇਨ ਕਰਦੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾਂ, ਅਤੇ ਸ੍ਰੀ ਰਾਗ ਦਾ 14 ਅੰਗ ਤੋਂ ਪਹਿਲਾ ਸ਼ਬਦ ਸ੍ਰੀ ਰਾਗ ਦਾ ਹੀ ਹੈ। ਸ੍ਰੀ ਰਾਗ ਦਾ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ, ਅਤੇ ਆਓ ਸ਼ਰਵਣ ਕਰੋ ਜੀ।